ਨਸੀਬ ਦਾ ਰੱਜ ਨਾ ਹੋਵੇ। ਉਸ ਬੰਦੇ ਦਾ ਪੈਂਦਾ ਮੁੱਲ ਕੌਡੀ, ਉਹ ਜਿਹਨੂੰ ਆਰ ਤੇ ਸ਼ਰਮ ਨਾ ਲੱਜ ਹੋਵੇ। ਮੇਰੇ ਸੱਜਣੋ ਸੱਜਣੋ ਛੱਡ ਦਈਓ, ਜੇ ਉਹ ਪਿਆਰ ਕਰਨ ਦਾ ਚੱਜ ਹੋਵੇ, ਪੀਰਾਂ ਦੇ ਦਰਬਾਰ ਦੇ ਨਾਲ ਪਿਆਰ। ਜਿੱਥੇ ਆਪ ਖੜੇ ਬੱਜ ਫੜ ਕੇ ਅੱਜ ਜਿਹੜੇ ਕਰਦੇ ਆਇਆ ਬੰਦਾ, ਸਤਿਗੁਰ ਜੀ ਮੈਨੂੰ ਲਾ ਦਿਓ ਬਾਹਰ, ਮੈਂ ਕਾਫੀ ਤੂੰ ਬਖਸ਼ਣ ਹਾਰ, ਮੈਂ ਕਾਫੀ ਤੂੰ ਬਖਸ਼ਣ ਹਾਰ, ਮੈਂ ਕਾਫੀ ਤੂੰ ਬਖਸ਼ਣ ਹਾਰ। ਰਾਜਗੁਰੂ ਦੇਵ ਦੇਵ ਦੇ ਰਾਜਗੁਰੂ ਦੇਵ ਦੇਵ ਦੇ ਰਾਜਗੁਰੂ ਦੇਵ ਦੇਵ।
Yeah.
ਵਾਲੇ ਆ ਚਲੋ ਫਿਰ ਗਏ ਦਸ ਦਵਾਉਂਦੇ ਆ। ਲਓ ਜੀ ਮੈਂ ਮਾਂ ਦੀ ਗੱਲ ਕਰ ਲੈਂਦਾ ਛੋਟੀ ਜੀ। ਦੋਸਤੋ ਮਾਂ ਇੱਕ ਅਹਿਮ ਕਿਸਮ ਦੀ ਚੀਜ਼ ਹੈ ਕਿ ਜਦੋਂ ਛੋਟੇ ਛੋਟੇ ਬੱਚੇ ਹੁੰਦੇ ਆ ਬੜਾ ਲਾਡ ਕਰਦੀ ਹੈ, ਬੜੇ ਪਿਆਰ ਨਾਲ ਸਕੂਲ ਦੌੜਦੀ ਹੈ, ਸਿਆਲ ਬੜੇ ਵਧੀਆ ਢੰਗ ਨਾਲ ਢਾਕ ਕੇ ਰੱਖਦੀ ਹੈ ਵੀ ਮੇਰੇ ਪੁੱਤ ਨੂੰ ਕਿਤੇ ਠੰਡ ਨਾ ਲੱਗ ਜਾਂਦੀ। ਜਦੋਂ ਮਾਂ ਦਾ ਮੌਕਾ ਆਉਂਦਾ ਹੈ ਉਦੋਂ ਕੋਈ ਨਹੀਂ ਪੁੱਛਦਾ। ਭੋਲੀ ਜਾਤ ਤੇ ਹੁੰਦੀ ਹੈ ਕਬੂਤਰਾਂ ਦੀ ਜਾਨਵਰ ਨੀ ਕੋਈ ਕਾਂ ਜੈਸਾ। ਦੁੱਧ ਰਿੜਕੇ ਨੇ ਸੱਤ ਸਮੁੰਦਰਾਂ ਦੇ ਤੇ ਦੁੱਧ ਹੈ ਨੀ ਕੱਪ ਲਗਾ। ਤੇਰੇ ਪੋਤੜੇ ਬਥੇਰੀ ਪੂੰਜੀ ਗੰਦਗੀ ਦੁੱਧ ਤੇਰੇ ਪੋਤੜੇ ਬਥੇਰੀ ਪੂੰਜੀ ਗੰਦਗੀ ਦੁੱਧੀ ਹੋ ਕੇ ਖਰਾਬ ਦੀ ਮੈਂ ਜ਼ਿੰਦਗੀ ਲਿਖਾਂਗੀ। ਮੈਂ ਮੇਰੀ ਖੁਦੀ ਜੀ ਮੈਂ ਮੇਰੀ ਖੁਦੀ ਜੀ ਤੇਰਾ ਬਾਜ ਮਾਰੀ ਮਾਲਾ ਕੋਲ ਦੁੱਖ ਚੁੰਗ ਕੇ ਬੈਠਾ ਕੋ ਪੰਤ ਨੀ ਪਲਾਉਂਦੇ ਪਾਣੀ ਦੇ ਮਾਲਾ ਕੋਲ ਦੁੱਖ ਚੁੰਗ ਕੇ ਕੋ ਪੰਤ ਨੀ ਪਲਾਉਂਦੇ ਪਾਣੀ ਦੇ ਮਾਲਾ ਕੋਲ ਦੁੱਖ ਚੁੰਗ ਕੇ ਚੁੱਪ ਕੇ
ਸਭ ਰੱਖੀਆਂ ਦੇ ਬਣ ਬਣ ਦੱਸ ਜਾਂਦੇ ਯਾਰਾਂ ਦੋਸਤਾਂ ਦੀ ਕੀ ਯਾਰ ਗੱਲ ਕਰਦੇ ਤੇ ਭਗਵਾਨ ਨੂੰ ਪਾਸਾ ਵੱਧ ਜਾਂਦੇ ਆਖਰੀ ਗੀਤ ਹੈ। ਉਸ ਤੋਂ ਬਾਅਦ ਚਾਨਣ ਸ਼ੇਰਗਿੱਲ ਜੀ ਆਪਣੀ ਮਹਿਫਲ ਦੇ ਵਿੱਚ ਆਉਣਗੇ।
ਮੈਂ ਮੱਟੂ ਜੀ ਨੂੰ ਬੇਨਤੀ ਕਰਦਾ ਹਾਂ, ਰੇਣੂ ਸ਼ਰਮਾ ਜੀ ਨੂੰ, ਉਹ ਵੀ ਸਟੇਜ ਤੇ ਪਧਾਰ ਜਾਣ, ਛੇ ਗੀਤ ਤੋਂ ਬਾਅਦ ਉਹਨਾਂ ਦਾ ਟਾਈਮ ਹੈ। ਆਖਰੀ ਗੀਤ ਦੇ ਨਾਲ ਬਾਬਾ ਜੀ ਹਾਜ਼ਰੀ ਲਵਾ ਰਹੇ ਨੇ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬਾਜ ਸਿੰਘ ਜੀ ਬਾਜ। ਇਹਨਾਂ ਨੇ ਇੱਥੋਂ ਭਰੀਆਂ ਟੋਲੀਆਂ ਤੇ ਚਲਾਕੀ ਪਾਉਂਦੇ ਦੂਰੋਂ ਦੂਰੋਂ
ਜੇ ਚੰਗਾ ਲੱਗਿਆ ਤਾਂ ਤਾੜੀ ਮਾਰ ਦਿਓ ਪੀਰਾਂ ਦੇ ਨਾਂ ਤੇ। ਮਿਹਰਬਾਨੀ, ਸ਼ੁਕਰੀਆ ਜਿੰਨਾ।